ਸਰਕਾਰਾਂ ਕਹਿੰਦੀਆਂ ਅਸੀਂ ਔਰਤਾਂ ਦੇ ਹੱਕਾਂ ਲਈ ਖੜੇ ਆ ਔਰਤਾਂ ਦੇ ਨਾਲ ਖੜੇ ਆ ਔਰਤਾਂ ਨੂੰ ਹਰ ਹੱਕ ਮਿਲੂਗਾ ਕੀ ਕਹਿਣਾ ਚਾਹੁੰਦੇ ਉਹਨਾਂ ਬਾਰੇ ਉਹਨਾਂ ਬਾਰੇ ਇਹ ਕਹਿਣਾ ਚਾਹੁੰਦੇ ਆ ਬਸ ਸਾਡਾ ਸਮਾਜ ਸੁਣੇ ਕੁਛ ਕਰੇ ਜੀ ਹਨਾ ਸਾਡਾ ਘਰ ਦਾ ਖਰਚਾ ਪਾਣੀ ਚਲਾਵੇ ਤੇ ਸਾਨੂੰ ਕੋਈ ਕੰਮ ਧੰਦਾ ਦੇਣ करे 20 साल के बच्चे या नौजवान भी होंगे नहीं हो ना अच्छा भी जिमें भइए हो गए जा कोई बुढ़ा आदमी हो गया जा कोई हो गया खास करके भइया ज्यादा होता बुजुर्गों ने तुसी क्या भी तुहानू शर्म आउंदी होवे अजिहे कार्य करदिआं नू क्या सीगा सी बहुत हाँ जी ते पर कहिंदे भी असीं कित्थों तुहाडी हेल्प कर देंगे मैं हाँ पत्रकार रणजीत सिंह राणा मेरे नाल मेरे सहयोगी पत्रकार ने नसीब सिंह बिरक अज तुहानू समाज की वह गंदी करतूत दिखाउण जा रहे हैं मैं पंजाबी दस दिना मैं गंदी तां शब्द कह रहा क्योंकि जो लुधियाने तो आप जगराऊ नूं जाने तो बहुत बार देखा मैं रोड पर ना कुछ बीबिया बैठिया होंदिया इतने मावं भैन बैठिया होंदिया अज मेरा दिल किया मैं लुधियाने तो जगराऊ नूं आ रहा था मैं इन्हां नाल गलबात की तो इतने समाज की वह गंदी करतूत सामने आई कि जिथे वे वे आप कहने दानी धनाट जोड़े दानी बने हुए आने इन्ह की मदद ली नहीं आ रहे बल्कि इतने जिसमें भुख मिटाने वे वे एक भी साल तो लैके सत्तर सत्तर साल के एक बजुर्ग भी इतने आते आते किमें आ कि बीबिया कुछ रुपये दे देंगे आ जिहड़ियां बेचारे अपने घर का खर्चा चलाउंदियां अपने बच्चे पालदियां और वड्डी चपेड़ आ जिहड़ी सरकारां ने मूँह ते भी आ इह क्योंकि सरकार ने अज समाज के बेरोजगारी तो महंगाई इन्नी कर दिती आ कि जिथे गुजारा करना बहुत मुश्किल हो रहा ये बीबिया बेचारिया अपना पेट पाल दियाँ अपने बच्चे पाल दियाँ तो होर भी इस बीबिया की दर्द कहानी वो भी साढ़े नाल बीबी खड़े उन्होंने गलबात कर रहे बीबी सत श्रीकाल जी सत श्रीकाल जी बीबी जी किवें हो ठीक हो हाँ जी ठीक है जी असीं तुहानूं बहुत बारी देखा चलो अज लुधियाने तो आ रहे थे अज तुहानूं रोक के असीं गलबात की हाँ जी किवें बहने हो इत्थे डेली डेली असीं बहने कि साडा भी घर का गुजारा नहीं हुंदा गा जी भी घर के काम धंधे करते सीगे साडा कोई पूरा नहीं पैंदा सी जी ठीक है ਵੀ ਹੁਣ ਇੱਥੇ ਕੀ ਕਰਗੇ ਇੱਥੇ ਅਸੀਂ ਜਿਸਮ ਵੇਚਦੇ ਆਂ ਤਾਂ ਜਿਸਮ ਵੇਚਦੇ ਹੋ ਤੁਸੀਂ ਹਾਂਜੀ ਤੁਹਾਡੇ ਨਾਲ ਹੋਰ ਵੀ ਦੋ ਤਿੰਨ ਲੇਡੀਜ਼ ਬੈਠੀਆਂ ਸੀ ਚਲੋ ਮੈਂ ਕੈਮਰਾ ਉਹ ਕੈਮਰੇ ਦੇ ਅੱਗੇ ਨਹੀਂ ਆਈਆਂ ਚਲੋ ਨਹੀਂ ਆਈਆਂ ਗਿਆ ਤੇ ਤੁਹਾਡੇ ਜਿਹੜੇ ਪਰਿਵਾਰ ਦੇ ਵਿੱਚ ਹਸਬੰਡ ਦੀ ਡੈਥ ਨਹੀਂ ਡੈਥ ਨਹੀਂ ਮੇਰੇ ਹਸਬੰਡ ਦਾ ਤਲਾਕ ਹੋਇਆ ਹੋਇਆ ਸੀਗਾ ਜੀ ਠੀਕ ਹੈ ਇਕੱਲੇ ਪਣੇ ਆ ਜੀ ਬਾਕੀਆਂ ਨੇ ਜਦੋਂ ਮੈਂ ਬਾਕੀ ਬੀਬੀਆਂ ਨਾਲ ਵੀ ਗੱਲਬਾਤ ਕੀਤੀ ਤਾਂ ਉਹਨਾਂ ਦੇ ਹਸਬੰਡ ਦੀ ਦੋਹਾਂ ਦੀ ਮੌਤ ਹੋ ਚੁੱਕੀ ਹਾਂ ਉਹ ਰੇਲ ਗੱਡੀ ਥੱਲੇ ਆ ਗਿਆ ਸੀਗਾ ਜਿਹੜੀ ਨਾਲ ਦੀ ਬੀਬੀ ਸੋਹਣੀ ਨਾਲ ਦੀ ਬੀਬੀ ਸੀਗੀ ਰੇਲ ਗੱਡੀ ਥੱਲੇ ਆ ਗਿਆ ਸੀਗਾ ਜੀ ਵੀ ਉਹ ਇਸ ਕਰਕੇ ਉਹਨੂੰ ਤਾਂ ਥੋੜਾ ਟਾਈਮ ਹੀ ਹੋਇਆ ਜੀ ਵੀ ਲੱਗੇ ਨੂੰ ਮੈਨੂੰ ਜਾਨੇ 5-6 ਮਹੀਨੇ ਹੋਇਆ 5-6 ਮਹੀਨੇ ਹੋ ਗਏ ਠੀਕ ਕਿੰਨੇ ਵਜੇ ਆ ਜਾਂਦੇ ਇਸ ਰੋਡ ਤੇ ਬਹਿ ਜਾਂਦੇ ਇੱਥੇ ਅਸੀਂ ਆ ਜਾਂਦੇ ਆ ਤਾਂ 11-12 ਵਜੇ 11-12 ਵਜੇ ਹਾਂਜੀ ਸ਼ਾਮ ਤੇ ਘਰ ਕਿੰਨੇ ਕੁ ਬੰਦੇ ਤੁਹਾਡੇ ਕੋਲੇ ਆਉਂਦੇ ਆ ਆ ਜਾਂਦੇ 2-3 ਵਜੇ ਚਲੇ ਜਾਂਦੇ ਨੇ ਵੱਧ ਤੋਂ ਵੱਧ 10 ਕੁ ਆ ਜਾਂਦੇ ਆ 8 ਆ ਜਾਂਦੇ ਆ ਕਿੰਨੀ ਉਮਰ ਵਾਲੇ ਬੰਦੇ ਤੁਹਾਡੇ ਕੋਲੇ ਆ ਜਾਂਦੇ ਆ ਉਮਰ ਕੀ ਆ 50-60 ਸਾਲ ਤੱਕ 70 ਸਾਲ ਤੱਕ ਕਦੇ ਕਿਸੇ ਇਨਸਾਨ ਨੇ ਆਏ ਕਿਹਾ ਵੀ ਅਸੀਂ ਤੁਹਾਨੂੰ ਮਿਲਣਾ ਨਹੀਂ ਲੈ ਸਾਡੇ ਤੋਂ ਪੈਸੇ ਲੈ ਲਓ ਨਹੀਂ ਆਏ ਨਹੀਂ ਕਿਹਾ ਅੱਛਾ ਜੀ ਹਾਂ ਤੁਹਾਡੀ ਕਿਸੇ ਨੇ ਵੈਸੇ ਮਦਦ ਕੀਤੀ ਹੋਵੇ ਵੀ ਲਓ ਯਾਰ ਅੱਜ ਸਾਡਾ ਦਿਲ ਨਹੀਂ ਕਰ ਰਿਹਾ ਤੁਸੀਂ ਵੈਸੇ ਸਾਥੋਂ 1000-1500 ਆਪਣੇ ਘਰ ਦਾ ਖਰਚਾ ਕਰਨ ਲਈ ਲੈ ਨਹੀਂ ਜੀ ਕਿਸੇ ਨੇ ਸਾਡੀ ਮਦਦ ਕੀਤੀ ਕਿਸੇ ਨੇ ਮਦਦ ਕੀਤੀ ਨਹੀਂ ਕੀਤੀ ਤੁਹਾਨੂੰ ਮਿਲ ਕੇ ਕਿੰਨੇ ਕੁ ਪੈਸੇ ਦੇ ਜਾਂਦੇ ਮੰਨ ਲਓ 200 ਦੇ ਦਿੰਦੇ 150 ਦੇ ਦਿੰਦੇ ਆ ਜੀ ਬਸ ਇੱਥੇ ਤੱਕ ਦੇ ਦਿੰਦੇ ਦੇਖੋ ਸਮਾਜ ਦੀ ਗੰਦੀ ਕਰਤੂਤ ਮੈਂ ਪਹਿਲਾਂ ਕਹਿ ਚੁੱਕਿਆ ਕਿ 150-200 ਦੇ ਵਿੱਚ ਇਹਨਾਂ ਬੀਬੀਆਂ ਦੀ ਇੱਜ਼ਤ ਨਾਲ ਖੇਡ ਜਾਂਦੇ ਆ ਮਜਬੂਰੀਆਂ ਦੇ ਫਾਇਦਾ ਚੱਕਦੇ ਅਤੇ ਬਾਅਦ ਦੇ ਵਿੱਚ ਆਪਾਂ ਬੜੇ ਧਨਾੜ ਬਣੇ ਹੁੰਦੇ ਹਾਂ ਕਿ ਅਸੀਂ ਐਂ ਕਰਦੇ ਹਾਂ ਅਸੀਂ ਜਿਉਂ ਕਰਦੇ ਹਾਂ ਵੱਡੀ ਚਪੇੜ ਹੈ ਸਮਾਜ 'ਤੇ ਸ਼ਰਮਸ਼ਾਰ ਗੱਲ ਆ ਮੈਂ ਸਿਰ ਝੁੱਕ ਜਾਂਦਾ ਅਜਿਹੀਆਂ ਗੱਲਾਂ ਜਦੋਂ ਆਉਂਦੀਆਂ ਸਾਹਮਣੇ ਕਿ ਜਿੱਥੇ ਇੱਕ ਗੁਰੂ ਨਾਨਕ ਦੇਵ ਨੇ ਵੀ ਔਰਤ ਨੂੰ ਦਰਜਾ ਦੇ ਦਿੱਤਾ ਕਿ ਜਿਹੜੀ ਜਨਣੀ ਆ ਜਗਤ ਦੀ ਜਨਣੀ ਆ ਸੂਰਬੀਰ ਯੋਧਿਆਂ ਨੂੰ ਜਿਨ੍ਹਾਂ ਨੇ ਜਨਮ ਦਿੱਤਾ ਅੱਜ ਮਾਵਾਂ ਉਹ ਆਪਣੇ ਬੱਚੇ ਪਾਲਣ ਲਈ ਇਸ ਰੋਡ 'ਤੇ ਲੁਧਿਆਣੇ ਤੋਂ ਜਗਰਾਓ ਵਾਲੇ ਰੋਡ 'ਤੇ ਖੜ੍ਹ ਜਾਂਦੀਆਂ ਨੇ ਅਤੇ ਸਾਰੀ ਦਿਹਾੜੀ ਪਤਾ ਨਹੀਂ ਕਿੰਨੇ ਕੁ ਜਿਹੜੇ ਜਿਸਮ ਦੇ ਭੁੱਖ ਜਿਹੜੇ ਭੁੱਖੇ ਨੰਗ ਆ ਜਿਹੜੇ ਭੁੱਖ ਨੰਗ ਜਿਸਮ ਦੀ ਭੁੱਖ ਮਿਟਾਉਣ ਲਈ ਮਾਫੀ ਚਾਹੁੰਦਾ ਜਿਸਮ ਦੀ ਭੁੱਖ ਮਿਟਾਉਣ ਲਈ ਇੱਥੇ ਅਜਿਹਾ ਬੀਬੀਆਂ ਨਾਲ ਕਾਰਾ
करते हैं। बीबी फिर तू शाम तिकर तुहाडे खर्चे का जिहड़ा फिर किवें जिहड़ा राशन पत्ता शाम तिकर लैके जांदे हो? हाँ जी राशन शाम तिकर किराए ते रहिंदे आ। किराए ते रहिंदे तुहाडा अपना जिहड़ा घर बार सी? नहीं घर बार सी उहनां ने आपदा वेच दित्ता सी। ਤੁਹਾਡੇ ਹਸਬੰਡ ਨੇ ਘਰ ਬਾਰ ਵੇਚ ਦਿੱਤਾ ਸੀ? ਕਿਰਾਏ ਤੇ ਤੁਸੀਂ ਰਹਿੰਦੇ? ਕਿਰਾਏ ਤੇ ਅਸੀਂ ਰਹਿੰਦੇ ਹਾਂ। ਕਿਰਾਏ ਤੇ ਫਿਰ ਬੜਾ ਔਖਾ, ਕਿਰਾਏ ਵੀ ਗੁਜ਼ਾਰਾ ਬੜਾ ਔਖਾ ਹੁੰਦਾ ਹੋਣਾ। ਚਾਹ ਪਾਂ 4000 ਰੁਪਇਆ ਕਿਰਾਇਆ ਜੀ। ਕਈ ਵਾਰੀ ਐਸਾ ਦਿਨ ਵੀ ਲੰਘਿਆ ਵੀ ਕੋਈ ਤੁਹਾਡੇ ਕੋਲ ਆਇਆ ਹੀ ਨਹੀਂ ਕੋਈ ਇਨਸਾਨ? ਨਹੀਂ ਕੋਈ ਵੀ ਨਹੀਂ। ਕਈ ਵਾਰ ਤਾਂ ਅਸੀਂ ਖਾਲੀ ਚਲੀਆਂ ਜਾਂਦੇ ਹਾਂ। ਖਾਲੀ ਚਲੀਆਂ ਜਾਂਦਾ? ਹਾਂ। ਘਰੇ ਫਿਰ ਜਿਹੜੀਆਂ ਨਾਲ ਦੀਆਂ ਬੀਬੀਆਂ ਦੀਆਂ ਘਰੇ ਕੀ ਕਹਿ ਕੇ ਆਉਂਦੀਆਂ ਵੀ ਅਸੀਂ ਕਹਿੰਦੀਆਂ ਅਸੀਂ ਫੈਕਟਰੀ 'ਚ ਲੱਗੀਆਂ? ਅਸੀਂ ਫੈਕਟਰੀ 'ਚ ਲੱਗੀਆਂ ਹੁੰਦਾ ਜੇ ਆਪਾਂ ਫੈਕਟਰੀ 'ਚ ਵੀ ਚਲੋ ਮੰਨ ਲੈਂਦੇ ਤੁਹਾਡੀ ਗੱਲ ਨਾਲ, ਜੇ ਫੈਕਟਰੀ 'ਚ ਕਿਤੇ ਕੰਮ ਲੱਗ ਜਾਈਏ 5-7 ਹਜ਼ਾਰ ਦੱਸਦਾ ਗੁਜ਼ਾਰਾ ਹੋ ਸਕਦਾ ਕਿ ਨਹੀਂ? ਗੁਜ਼ਾਰਾ ਤਾਂ ਚੱਲ ਮੰਨ ਲਓ ਹੋ ਵੀ ਸਕਦਾ, ਨਹੀਂ ਵੀ ਹੋ ਸਕਦਾ। ਤੁਹਾਨੂੰ ਪਤਾ ਬਿੱਲ ਵੀ ਆਉਂਦਾ, ਕਿਰਾਇਆ ਵੀ ਆਉਂਦਾ, ਘਰ ਦਾ ਵੀ ਸਾਰਾ ਕੁਛ ਹੀ ਆਉਂਦਾ ਜੀ। ਠੀਕ ਹੈ ਨਾ। ਹੁਣ ਤੁਹਾਨੂੰ ਪਤਾ ਵੀ ਮਹਿੰਗਾਈ ਕਿੰਨੀ ਹੋਈ ਪਈ ਆ। ਜਿਹੜੀ ਇਸ ਕਨਾਲ ਦੀ ਇੱਥੇ ਕੁੜੀ ਬੈਠੀ ਸੀ ਉਹਨਾਂ ਨੇ ਕਿਹਾ ਸੀ ਵੀ ਮੇਰੇ ਹਸਬੈਂਡ ਦੀ ਮੌਤ ਹੋ ਚੁੱਕੀ ਹੈ, ਵੀ ਮੈਨੂੰ ਹੁਣ ਕਿਸੇ ਦੇ ਸਿਰ ਰੱਖ ਦਿੱਤਾ ਗਿਆ, ਵੀ ਉਹ ਵੀ ਡੱਕਾ ਨਹੀਂ ਕਰਦਾ, ਘਰ ਵਾਲੇ ਚਿੱਟਾ ਪੀਂਦਾ। ਨਹੀਂ ਉਹਨਾਂ ਦਾ ਤਾਂ ਨਹੀਂ, ਆਪਾਂ ਨੂੰ ਵੀ ਪਤਾ ਵੀ ਕੀ ਪ੍ਰੋਬਲਮ ਉਹਨਾਂ ਦੀ, ਕੀ ਪ੍ਰੋਬਲਮ ਆ ਸਾਨੂੰ ਆਪਦੇ ਤੱਕ ਪ੍ਰੋਬਲਮ ਦਾ ਪਤਾ ਜੀ ਸਾਨੂੰ ਹੋਰ ਕਿਸੇ ਜੀ। ਤੁਸੀਂ 11 ਵਜੇ ਇੱਥੇ ਆ ਕੇ ਬਹਿ ਜਾਂਦੇ ਹੋ ਅਤੇ ਤੁਹਾਨੂੰ ਆਏ ਹੋਇਆ ਵੀ ਕਦੇ ਬਜ਼ੁਰਗਾਂ ਨੂੰ ਤੁਸੀਂ ਕਿਹਾ ਵੀ ਤੁਹਾਨੂੰ ਸ਼ਰਮ ਆਉਂਦੀ ਹੋਵੇ ਅਜਿਹੇ ਕਾਰੇ ਕਰਦਿਆਂ ਨੂੰ? ਨਹੀਂ ਸਾਨੂੰ ਕਿਹਾ ਹੀ ਨਹੀਂ ਕਿਸੇ ਜੀ। ਨਹੀਂ ਤੁਸੀਂ ਕਦੇ ਬਜ਼ੁਰਗਾਂ ਨੂੰ ਕਿਹਾ ਹੋਵੇ ਵੀ ਬਜ਼ੁਰਗੋ ਜੇ ਸਾਡੀ ਹੈਲਪ ਕਰਨੀ ਵੈਸੀ ਹੈਲਪ ਕਰ ਦਿਓ? ਨਹੀਂ ਕਿਹਾ ਸੀਗਾ ਅਸੀਂ ਬਹੁਤ। ਹਾਂਜੀ ਅਤੇ ਪਰ ਕਹਿੰਦੇ ਵੀ ਅਸੀਂ ਕਿੱਥੋਂ ਤੁਹਾਡੀ ਹੈਲਪ ਕਰ ਦੇਵਾਂ। ਅੱਛਾ ਕਹਿੰਦੇ ਮਦਦ ਨਹੀਂ ਕਰ ਸਕਦੇ ਜੀ। ਕੀ ਕਹਿਣਾ ਚਾਹੋਗੇ ਲਾਸਟ ਦੇ ਵਿੱਚ ਸਮਾਜ ਨੂੰ, ਜਿਹੜਾ ਸਮਾਜ ਨੂੰ? ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਸਾਡੀ ਕੋਈ ਮਦਦ ਕਰੇ ਜੀ। ਠੀਕ ਹੈ ਅਸੀਂ ਵੀ ਅਸੀਂ ਹਾਂ ਇਹ ਕੰਮ 'ਚ ਗੰਦ 'ਚ ਨਿਕਲ ਜਾਈਏ ਅਸੀਂ ਜੀ। ਹਾਂਜੀ ਅਤੇ ਜਿਹੜੀਆਂ ਸਰਕਾਰਾਂ ਕਹਿੰਦੀਆਂ ਅਸੀਂ ਔਰਤਾਂ ਦੇ ਹੱਕਾਂ ਲਈ ਖੜ੍ਹੇ ਹਾਂ, ਔਰਤਾਂ ਦੇ ਨਾਲ ਖੜ੍ਹੇ ਹਾਂ, ਔਰਤਾਂ ਨੂੰ ਹਰ ਹੱਕ ਮਿਲੇਗਾ, ਕੀ ਕਹਿਣਾ ਚਾਹੋਗੇ ਉਹਨਾਂ ਬਾਰੇ? ਉਹਨਾਂ ਬਾਰੇ ਇਹੀ ਕਹਿਣਾ ਚਾਹੁੰਦੇ ਹਾਂ ਬਸ ਸਾਡਾ ਸਮਾਜ ਸੁਣੇ, ਕੁਛ ਕਰੇ ਜੀ, ਹੈ ਨਾ, ਸਾਡਾ ਘਰ ਦਾ ਖਰਚਾ ਪਾਣੀ ਚਲਾਵੇ ਅਤੇ ਸਾਨੂੰ ਕੋਈ ਕੰਮ ਧੰਦਾ ਦੇਣ ਜੀ ਅਤੇ ਅਸੀਂ ਵੀ। ਲੋਕ ਤੁਹਾਡੇ ਕੋਲ ਭਾਂਤ ਭਾਂਤ ਦੇ ਲੋਕ ਆਉਂਦੇ ਹੋਣਗੇ ਆਪਣੇ ਜਿਸਮਾਂ ਦੀ ਭੁੱਖ ਮਿਟਾਉਣ ਦੀ ਖਾਤਰ, ਕਦੇ 20 ਸਾਲ ਦੇ ਬੱਚੇ ਜਾਂ ਨੌਜਵਾਨ ਵੀ ਆਉਂਦੇ ਤੁਹਾਡੇ ਕੋਲ? ਨਹੀਂ ਉਹ ਨਹੀਂ। ਅੱਛਾ ਵੀ ਜਿਵੇਂ ਬਈਏ ਹੋ ਗਏ ਜੀ ਅਤੇ ਜਾਂ ਕੋਈ ਬੁੜਾ ਆਦਮੀ ਹੋ ਗਿਆ ਜਾਂ ਕੋਈ ਹੋ ਗਿਆ, ਖਾਸ ਕਰਕੇ ਬਈਆ ਜ਼ਿਆਦਾ ਆਉਂਦਾ ਜੀ। ਧੰਨਵਾਦ ਜੀ। ਦਰਸ਼ਕੋ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਇੱਕ ਬੀਬੀ ਨੇ ਆਪਣਾ ਦਰਦ ਬਿਆਨ ਕੀਤਾ ਕੈਮਰੇ ਦੇ ਅੱਗੇ। ਸਮਾਜ ਨੂੰ ਸੇਧ ਦੇਣ ਦੀ ਲੋੜ ਆ। ਸਮਾਜ ਦੇ ਵਿੱਚ ਹਫਸ ਦੇ ਜਿਹੜੇ ਭਿਖਾਰੀ ਆ, ਜਿਹੜੇ ਹਫਸ ਨੂੰ ਭੁੱਖ ਮਿਟਾਉਣ ਲਈ ਕਿੱਥੇ ਕਿੱਥੇ ਕੀ ਕਰ ਜਾਂਦੇ ਤੁਹਾਡੇ ਕੈਮਰੇ ਦੇ ਸਾਹਮਣੇ ਆ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਅਕਸਰ ਅਸੀਂ ਜਦੋਂ ਲੁਧਿਆਣੇ ਤੋਂ ਜਗਰਾਓ ਨੂੰ ਆਈਦਾ ਤਾਂ ਬਹੁਤ ਵਾਰੀ ਦੇਖਿਆ ਕਿ ਕੁਛ ਬੀਬੀਆਂ ਇਸ ਰੋਡ 'ਤੇ ਬੈਠੀਆਂ ਹੁੰਦੀਆਂ। ਅੱਜ ਅਸੀਂ ਬੀਬੀਆਂ ਨਾਲ ਗੱਲਬਾਤ ਕੀਤੀ ਅਤੇ ਇੱਕ ਵੱਡਾ ਦਰਦ ਤੁਹਾਡੇ ਸਾਹਮਣੇ ਕੈਮਰੇ ਦੇ ਅੱਗੇ ਬਿਆਨ ਕੀਤਾ ਕਿ ਲੋਕ ਜਿਸਮਾਂ ਦੀ ਭੁੱਖ ਮਿਟਾਉਣ ਲਈ ਕਿਸ ਹੱਦ ਤੱਕ ਚਲੇ ਜਾਂਦੇ। ਪਰ ਬੀਬੀ ਨੇ ਦੱਸਿਆ ਕਿ ਸਾਡੀ ਪਰਿਵਾਰ ਦੇ ਵਿੱਚ ਮਾਲੀ ਹਾਲਤ ਠੀਕ ਨਹੀਂ ਹੋਣ ਕਰਕੇ, ਕਿਰਾਏ 'ਤੇ ਰਹਿਣ ਕਰਕੇ ਸਾਡੀ ਮਜਬੂਰੀ ਆ, ਪਰ ਸਾਡੀ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਅਤੇ ਨਾ ਹੀ ਕਿਸੇ ਨੇ ਸਾਡੀ ਕੋਈ ਬਾਹ ਫੜੀ ਆ ਔਖੇ ਵੇਲੇ, ਤਾਂ ਸਾਨੂੰ ਇਸ ਦਲਦਲ ਦੇ ਵਿੱਚ ਫਸਣਾ ਪੈ ਗਿਆ। ਪਰ ਹੁਣ ਵੀ ਇਸ ਦਲਦਲ ਦੇ ਵਿੱਚੋਂ ਸਾਨੂੰ ਕੋਈ ਕੱਢਣ ਲਈ ਹੱਲ ਨਹੀਂ ਹੋ ਰਿਹਾ।